अपना मुल्क इंडिया कल्ले चढ़ावे चढ़ाने हट जे मुल्क अमीर हो जूगा। नंग किते पाए असि मथे टेक टेक के, कल्ले चढ़ावे। हुण जे मैं बाला सच बोल दू कोई गोली मार दू, मेरे अरबा रुपया दे बजट है इत्थे गुरु घरां दे, बाबे नानक दियां गोलकां दे अरबा रुपया दे बजट है इत्थे, साल च अरबा अरबा रुपया चढ़दा इत्थे। ਉਹ ਜਾਂਦਾ ਕਿੱਥੇ ਹੈ? ਜਾਂਦਾ ਕਿੱਥੇ ਆ? ਨਹੀਂ ਤਾਂ ਇਹ ਗੁਰੂ ਦੀਆਂ ਗੋਲਕਾਂ ਭਾਵੇਂ ਮੰਦਿਰ ਚ ਪਈ ਹੈ, ਭਾਵੇਂ ਮਸਜਿਦ ਚ ਪਈ ਹੈ, ਭਾਵੇਂ ਗੁਰਦੁਆਰੇ ਚ ਪਈ ਹੈ। ਇਹਨਾਂ ਦਾ ਮਤਲਬ ਇਹ ਸੀ ਕਿ ਕੋਈ ਵੀ ਮੌਲਵੀ ਸਾਹਿਬ, ਪੁਜਾਰੀ ਸਾਹਿਬ, ਕੋਈ ਭਾਈ ਸਾਹਿਬ ਬੈਠੇ ਆ ਤਾਂ ਉਹਨਾਂ ਨੂੰ ਪਤਾ ਹੋਵੇ ਜਿਹੜੇ ਮਹੱਲੇ ਦਾ ਗੁਰੂ ਘਰ ਆਏ ਉਸ ਮਹੱਲੇ ਚ ਕੋਈ ਬਜ਼ੁਰਗ ਬਿਮਾਰ ਤਾਂ ਨਹੀਂ ਪਿਆ, ਜਿਹਦੇ ਬੱਚੇ ਉਹਨੂੰ ਦਵਾਈ ਨਹੀਂ ਦਵਾ ਰਹੇ, ਗੋਲਕ ਚੋਂ ਕੱਢ ਉਹਨੂੰ ਦਵਾਈ ਦਵਾ ਕੇ ਲਿਆ। ਕਿਸੇ ਦਾ ਬੱਚਾ ਦੇਖ ਜੇ ਦਿਹਾੜੀਦਾਰ ਹੈ, ਕੋਈ ਪੜ੍ਹਾ ਨਹੀਂ ਸਕਦਾ, ਉਹਦੇ ਬੱਚਿਆਂ ਨੂੰ ਸਕੂਲ ਚ ਪੜ੍ਹਾ, ਚਲਾ ਉਸ ਗੋਲਕ ਚੋਂ ਦੀ ਫੀਸ, ਇਹਨਾਂ ਕੰਮਾਂ ਵਾਸਤੇ ਬਣੀਆਂ। ਹੋਰ ਕਹਿਣ ਨੂੰ ਜੀ ਨਹੀਂ ਕਰਦਾ ਕਿ ਡਾ ਪਾਓ ਇਹਨਾਂ ਚ। ਅੱਜ ਕੱਲ ਖਾਣ ਲੱਗ ਗਏ ਸਾਨੂੰ ਹੀ ਖਾਣ ਲੱਗ ਗਏ ਪੁੱਠਾ। ਸਾਡੀ ਮਾਇਆ ਨਾ ਪਤਾ ਨੀ ਕੀ ਕੁਛ ਬਣੀ ਜਾਂਦਾ ਯਾਰ, ਪਤਾ ਨੀ। ਇਸ ਕਰਕੇ ਕਹਿੰਦਾ ਜਾਗ ਲਓ, ਇਹ ਬੰਦਗੀਆਂ ਸਾਨੂੰ ਬੜਾ ਕੁਛ ਦੇ ਕੇ ਗਏ ਆ ਬਾਣੀ ਚੋ। ਐਵੇਂ ਨੀ ਕਿਹਾ ਚਾਰੇ ਵਰਨਾਂ ਦਾ ਸਾਂਝਾ ਹੈ, ਇਹ ਨਫ਼ਰਤਾਂ ਪਾਉਣ ਵਾਲਾ ਨੇ ਨਫ਼ਰਤਾਂ ਪਵਾਤੀਆਂ ਸਾਡੀਆਂ। ਨਹੀਂ ਤਾਂ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਖੁੱਲੇ ਆ, ਭਾਵੇਂ ਹਿੰਦੂ ਜਾਵੇ, ਭਾਵੇਂ ਮੁਸਲਮਾਨ ਜਾਵੇ, ਭਾਵੇਂ ਸਿੱਖ ਜਾਵੇ।